ਕਲੱਚ ਦੱਬ ਕੇ ਵੜਕ ਦਈ ਜਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਆਈ ਨਵੇਂ ਵਲੌਗ ਦੇ ਵਿੱਚ ਅਤੇ ਬਾਈ ਸਵੇਰ ਦੇ ਵੱਜ ਗਏ 7:30 ਅਤੇ ਸਭ ਤੋਂ ਪਹਿਲਾਂ ਚੱਲੀਏ ਕਾਲਜ ਉਸ ਤੋਂ ਬਾਅਦ ਆ ਕੇ ਮਿਲਦੇ ਹਾਂ ਸਾਲੀ ਪਾਰਕਿੰਗ ਕਿਆ ਚੇਂਜ ਹੋ ਗਈ ਬੁਲਟ ਦਾ ਪਤਾ ਨਹੀਂ ਲੱਗਦਾ ਕਿੱਥੇ ਖੜ੍ਹਾ ਏ ਆਹੋ ਮੈਂ ਕਹਿੰਦਾ ਹੁਣ ਬਾਹਰ ਕੱਢਣਾ ਔਖਾ ਹੋ ਜਾਣਾ ਇਹ ਇੱਧਰ ਨੂੰ ਐਂ ਕਰ ਖੜ ਜਾ ਪਾਸੇ ਕਰਦਾ ਮੈਂ ਇੱਕ ਮਿੰਟ ਲੈ ਚੱਕ ਹੁਣ ਦੇਖ ਹੁਣ ਆਜੂ ਚੱਲ ਖੱਡ ਘੁੰਮਣ ਫਿਰਨ ਚੱਲਦੇ ਹਾਂ ਬਾਹਰ ਜਿੱਥੇ ਮਰਜ਼ੀ ਚੱਲ ਮੇਰਾ ਵੀਰ ਲੋਕ ਹੈ ਪਿੱਛੇ ਨਹੀਂ ਹਟਦੇ ਹੈ ਬਾਈ ਲੋੜ ਨਹੀਂ ਹੈਗੀ ਬੜ ਕੇ ਜਿਆਦਾ ਹੋ ਰਿਹਾ ਨਾ ਸੁਣਾ ਮੜਾ ਜਿਹਾ ਆਪਣੇ ਸਭ ਅੱਛਾ ਉਹ ਵਾਲਾ ਹੌਰਨ ਮਾਰਨ ਦੇ ਮਾਂ ਪਤਾ ਕਿਤੇ ਪਾਸੇ ਹਟ ਜਾਓ ਚੋਕਰੋ ਮਾਂ ਪਤਾ ਨਹੀਂ ਕਿਤੇ ਬੜ ਕੇ ਸੁਣਾ ਰਹੇ ਆ ਉੱਪਰ ਚੜਾ ਲੈ ਲੈ ਵੀ ਅੱਗੇ ਹੈਗਾ ਰੇਲਵੇ ਸਟੇਸ਼ਨ ਓਏ ਚੜੂਗਾ ਚੜੂਗਾ ਨਹੀਂ ਨਾ ਇਹਨੇ ਪਿੱਛੇ ਜਾਣਾ ਕੱਢ ਜਾ ਪਿੱਛੇ ਤਾਂ ਨਹੀਂ ਜਾਣ ਦਿੰਦੇ ਪਿੱਛੇ ਤਾਂ ਨਹੀਂ ਜਾਣ ਦਿੰਦੇ ਰੇਲ ਗੱਡੀ ਹਾਲੇ ਤਾਂ ਨਹੀਂ ਆਉਂਦੀ ਬਾਈ ਰੇਲ ਗੱਡੀ ਐ ਲੰਘ ਜੂਗਾ ਕਿੱਥੇ ਚਾੜਿਆ ਵਾ ਬੁਲਟ ਚੱਲ ਆ ਜਾ ਹੌਲੀ ਹੌਲੀ ਲਿਆ ਪਿੱਛੇ ਨੂੰ ਲਿਆ 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 ਮਾੜਾ ਕਰ ਪਿੱਛੇ ਨੂੰ ਬਸ ਪਿੱਛੇ ਉਹ ਨਹੀਂ ਗਿਰਨ ਦਿੰਦੇ ਚਾੜ ਵੀ ਤਾਂ ਦੇਖ ਕਿੱਥੇ ਲਿਆ ਤਾ ਸਾਲੇ ਇਹੋ ਜਿਹੇ ਫੁੱਦੂ ਕੰਮ ਕਰਾ ਲਿਓ ਹੈ ਜਿੰਨੇ ਕਰਾਣੇ ਐ ਘਮਾ ਜਿਹੜੇ ਦਿਖਾਉਂਦਾ ਬਾਕੀ ਚੱਲ ਬਾਲਾ ਉੱਚਾ ਦਾ ਗਿਰਜਣਾ ਦਾ ਉਹ ਪਿੱਛੇ ਉਹ ਆਉਣਾ ਦਾ ਬੁਲਟ ਬੁਲਟਦੇ ਰੁੜਦੇ ਨੇ ਉਹ ਚਾੜ ਤਾਂ ਦਿੰਦੇ ਯਾਰ ਕਹਿੰਦੇ ਨਹੀਂ ਆਪਾਂ ਓਏ ਆਹ ਕਿਹੜੀ ਮੈਂ ਕਹਿੰਦਾ ਖੱਡਾ ਨਾ ਹੋਵੇ ਵਿੱਚ ਖੱਡਾ ਤਾਂ ਨਹੀਂ ਹੁੰਦਾ ਚੱਲ ਕੱਢ ਵੜਕ ਦਈ ਅੰਦਰ ਜਾ ਕੇ ਠੀਕ ਹੈ ਵੜਕ ਕਲੱਚ ਦੱਬ ਕੇ ਵੜਕ ਦਈ ਜਾਂ ਮੈਂ ਕਹਿੰਦਾ ਸਲੰਸਰ ਵੀ ਡੁੱਬ ਗਿਆ ਯਾਰ ਸਾਰਾ ਐ ਕਰ ਮੋਟਰ ਮੋਟਰ ਦੇਖ ਬਾਬੇ ਜੁੱਤੀ ਧੋ ਲੈ ਆਪਣੀ ਬਚ ਗਿਆ ਕਨਵਰ ਸਪੀਡ ਚ ਬਾਬੇ ਟ੍ਰੇਨ ਬਚ ਗਏ ਬਚ ਆਹੋ ਆ ਤਾਂ ਐ ਲੱਗਿਆ ਜਿਵੇਂ ਰੋਡਵੇਜ ਦੀ ਸਾਲੀ ਬੱਸ ਬਚ ਗਏ ਓਏ ਇੰਨਾ ਸ਼ੁਕਰ ਬਾਈ ਅਸੀਂ ਅੱਗੇ ਨੂੰ ਆ ਗਏ ਨਹੀਂ ਸਾਲੀ ਟ੍ਰੇਨ ਨੇ ਚੱਕ ਉਹ ਪਰ ਇਹਨੇ ਤਾਂ ਰੋਕ ਕੇ ਲੈਣੀ ਸੀ ਇਹਨੇ ਕਿੱਥੇ ਰੋਕਣੀ ਸੀ ਇਹਨੇ ਇਹਨੇ ਵੀ ਨਹੀਂ ਰੋਕਣੀ ਸੀ ਓਏ ਅੱਖਾਂ ਬੰਦ ਕਰਕੇ ਚਲਾ ਰਹੇ ਹੁੰਦੇ ਆ ਜਰਦਾ ਮਲ ਕੇ ਓਏ ਇਹਨੇ ਚਾੜ ਦੇਣਾ ਬਾਬਾ ਜੀ ਆਪਣੇ ਪਰ ਉੱਪਰ ਯਾਰ ਇੰਨੀ ਛੇਤੀ ਰੁਕਦੀ ਨਹੀਂ ਹੈਗੀ ਬਾਈ ਸੱਚੀ ਗੱਲ ਦੱਸਾਂ ਚੱਲ ਪਾਣੀ ਦੇ ਵਿੱਚ ਪਾਣੀ ਨਾਲੇ ਧੋਣੇ ਆਪਾਂ ਜਿਹਦਾ ਬੂਟ ਕਾਲਜ ਵੀ ਨੀ ਦਿਖਦਾ ਆਹੋ ਡੌਂਕੀ ਲੱਗ ਜੂਗੀ ਉਰੇ ਬਾਰਡਰ ਪਾਰ ਕਰ ਜੂਗੇ ਜੇ ਮੈਂ ਕਹਿੰਦਾ ਰੇਸ ਦੇ ਦੀ ਆਪਾਂ ਇਹਨਾਂ ਨੇ ਡਰ ਜਾਣਾ ਸਾਲੀਆਂ ਨੇ ਹਾਂ ਦੀਵਿਤਾ ਅਬ ਸ਼ਰਮਾ ਕਿਉਂ ਰਿਹਾ ਹੈ ਲੈ ਵੀ ਹੁਣ ਟ੍ਰਿਪਲ ਹੀ ਕਰਕੇ ਜਾਣਾ ਪੈਣਾ ਕਿੱਧਰ ਨੂੰ ਜਾਣਾ ਹੈ ਆਹ ਗੇਟ ਨੂੰ ਨਿਕਲੀ ਕਿਆ ਨਿਕਲੀ ਚਲੋ ਜੀ ਅੱਗੇ ਨੂੰ ਹੋਈ ਮਾੜਾ ਦਿਵਾਂਸ਼ੂ ਉਹ ਅੱਗੇ ਨੂੰ ਹੋਇਆ ਪਿੱਛੇ ਗਿਰ ਜਾਣਾ ਲਾਈਟ ਪਰ ਉਹ ਬੱਲੇ ਬੱਲੇ ਬਾਈ ਨਾ ਲਿਆ ਅੱਜ ਬਸ 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 ਉਹ ਬਸ 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 ਚਲੋ 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 ਆਏ ਹਾਏ
ਤੇ ਬਾਈ ਬੁਲਟ 'ਚ ਨਾ ਇੱਕ ਦਿੱਕਤ ਹੋ ਗਈ, ਉਹ ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਆ ਕੱਪੜਾ ਮਾਰ ਲਵਾਂ। ਦਿੱਕਤ ਵੀ ਸਾਲੀ ਮੇਜਰ ਦਿੱਕਤ ਹੈ। ਤੇ ਬਾਈ ਬੁਲਟ ਦੀ ਹੋ ਗਈ ਚੈਨ ਢਿੱਲੀ, ਜਮਾਂ ਢਿੱਲੀ ਹੋਈ ਵੀ ਹੈ ਚੈਨ। ਹੁਣ ਸਭ ਤੋਂ ਪਹਿਲਾਂ ਉਹ ਕਸਵਾ ਕੇ ਲਿਆਈਏ ਕਿਉਂਕਿ ਚੈਨ ਆਵਾਜ਼ ਕਰਨ ਲੱਗ ਗਈ, ਠੀਕ ਹੈ। ਉਹਦਾ ਫਿਰ ਤੁਹਾਨੂੰ ਪਤਾ ਦਿੱਕਤ ਕਰਦੀ, ਗਰਾਰੀਆਂ ਨਾ ਭੋਰ ਦੇਵੇ ਕਿਤੇ। ਢਿੱਲੀ ਆ ਹਨਾ, ਕਾਫੀ ਢਿੱਲੀ ਹੋ ਗਈ ਸਾਲੀ। ਤੁਹਾਡੇ ਕੋਲ ਹੈਗਾ ਨਿਕਲ ਦਾ ਜਿਹੜਾ ਸਲੰਸਰ ਪਰ ਮਾਰਦੇ ਆ, ਜਿਹੜਾ ਨਿਕਲ ਸਲੰਸਰ ਪਰ ਮਾਰਦੇ ਆ, ਕਰ ਦੋ ਨਾ, ਚਮਕਾ ਦਿੰਦਾ ਨਾ, ਦਿਖਾਈ ਕਿਹੋ ਜਿਹਾ ਲਿਆਈ। ਹੋਰ ਢਿੱਲੀ ਕਰ, ਢਿੱਲੀ ਪਈ ਆ ਜੇ, ਚੰਗੀ ਤਰ੍ਹਾਂ ਜਮੀ ਨਾਲ ਟੱਚ ਕਰਾ ਦੇ ਯਾਰ, ਇਹਦੀ ਢਿੱਲੀ ਤਾਂ ਪਈ ਆ ਕੀ ਯਾਰ, ਆ ਦੇਖੇ ਨੀ ਢਿੱਲੀ ਪਈ। ਤੇ ਬਾਈ ਹੁਣ ਨਾ ਇਹਦੇ ਇੰਜਣ ਨੂੰ ਨਿਕਲ ਕਰਵਾ ਕੇ ਦੇਖਦੇ ਆ ਵੀ ਫਰਕ ਕਿੰਨਾ ਕੁ ਲੱਗਦਾ, ਜੇ ਵਧੀਆ ਲੱਗਿਆ ਤਾਂ ਸਾਰਾ ਹੀ ਕਰਵਾ ਲੈਣਾ ਨਿਕਲ। ਬਾਹੂ ਰੇਜ ਕਰਕੇ ਦਿਖਾ ਦੇ ਥੋੜਾ ਜਿਹਾ, ਫੋਟੋ ਦਿਖਣ ਲੱਗ ਗਈ ਵਿੱਚ ਨੂੰ, ਬਾਈ ਹੁਣ ਤੁਸੀਂ ਆਪ ਦੱਸੋ ਵੀ ਇਹਦੇ ਯਾਰ ਇਹਦੇ ਚ ਕਿੰਨਾ ਕੁ ਫਰਕ ਹੈ। ਫਰਕ ਹੈ ਹਨਾ, ਬਹੁਤ ਅੰਤਰ, ਬਾਹਲਾ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇੰਜਣ ਨੂੰ ਲੋੜ ਹੈ, ਸਲੰਸਰ ਨੂੰ ਲੋੜ ਨਹੀਂ ਹੈਗੀ, ਕਰਾਨੇ ਆ ਹਨਾ, ਇਹ ਵੀ ਕਰਾਨੇ ਆ। ਤੇ ਬਾਈ ਇਹਦਾ ਟੋਟਲ ਖਰਚਾ ਸਾਰਾ ਇੰਜਣ ਸਾਰਾ ਬੈਂਡ ਸਾਰਾ ਇਹਦੇ ਪਰ ਵੀ ਹੋਊਗਾ 1500-2000 ਰੁਪਏ ਦੱਸਦੇ ਆ। ਕਰਵਾਏ ਲੈਣਾ ਇਹਨੇ ਨਾ, 2-3 ਘੰਟੇ ਜ਼ਿਆਦਾ ਫ੍ਰੀ ਜੇ ਹੋਊਗੇ ਫਿਰ ਖੜਾ ਕੇ ਕਰਵਾ ਲੈਂਦੇ ਇਹਦਾ, ਅਜੇ ਇਹਨੇ ਫਿਲਹਾਲ ਚੈਨ ਟੈਟ ਕਰਵਾ ਲਈ। ਇੱਥੇ ਤਾਂ ਨਾ ਕੋਈ ਰੀਲ ਜੀ ਬਣਾਉਂਦੇ ਹਨ ਘੈਂਟ ਜੀ ਹਨਾ, ਅੰਦਰ ਤਾਂ ਕੱਢੀ ਗਏ ਬਾਹਰ ਤੇ, ਬਾਹਰ ਤੇ ਅੰਦਰ ਨੂੰ ਲੈ ਜਾਂਦੇ ਆ ਰੀਲ ਬਣਾ। ਹਾਂ ਤੂੰ ਉੱਧਰ ਤੇ ਬਣਾਈ, ਠੀਕ ਹੈ ਬਾ, ਠੀਕ ਹੈ ਫੜ ਫੜ। ਇੱਧਰ ਤਾਂ ਮੌਸਮ ਬਾਹਲਾ ਜ਼ਿਆਦਾ ਸਿਰੇ ਵਾਲਾ ਹੋਇਆ ਪਿਆ, ਸਿਰੇ ਵਾਲਾ ਮੌਸਮ, ਸਿਰੇ ਵਾਲਾ ਕਿੱਥੇ ਫਿਰਦਾ ਉਹ ਲਾਲਾ। ਆਪਾਂ ਐਂ ਕਰੂੰਗੇ, ਆਪਾਂ ਉਹ ਜਿਹੜਾ ਦਿਖਾ ਰਿਹਾ ਤਾ ਨਾ, ਜਿੰਨੀਆਂ ਵੀ ਕਰੀਮਾਂ ਕਰੂਮਾਂ ਜੀਆਂ ਪੱਟੀਆਂ ਪੁੱਟੀਆਂ ਦਿਖਾ ਰਿਹਾ ਤਾ ਹਨਾ, ਜਿੰਨੀ ਵੀ ਆ ਕਰੀਮ ਜੀ ਲਾਈ ਵੀ ਹੈ, ਆਪਾਂ ਆਪੇ ਲਿਆਉਂਗੇ। ਫਿਰ ਰੀਜਨਲ ਮਾਰ ਤਾਂ ਦਊਂਗੇ ਉਹਨਾਂ ਨੇ ਘੰਟੇ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਨਹੀਂ ਫਿਰ ਸਵਾਏ ਉਡਾਉਣੀ ਹੈ, ਆਪਾਂ ਆਪੇ ਲਿਆਉਣੀ, ਠੀਕ ਹੈ ਬਾਈ। 1500-2000 ਦਾ ਖਰਚਾ ਕਹਿੰਦੇ ਆ, ਠੀਕ ਹੈ, ਪੱਟੀ ਆਪੇ ਲਿਆਉਣ ਕੇ ਜਿੰਨਾ ਵੀ ਸਾਰਾ ਕੁਛ ਹੈਗਾ ਹੈ, ਜਿਵੇਂ ਉਹਨਾਂ ਨੇ ਕਰਨਾ ਤਾਂ ਆਪਾਂ ਆਪੇ ਮਾਰ ਦੇਣੀ, ਜਿੱਥੇ ਵੀ ਨਿਕਲ ਹੋਣੇ ਵਾਲਾ ਉੱਥੇ ਆਪੇ ਮਾਰ ਦੇਣੀ। ਉਰੇ ਵੀ ਤਾਂ ਉਰੇ ਹੈਂਡਲ ਪਰ ਵੀ ਤਾਂ ਹੋਣਾ ਏ, ਹੈਂਡਲ ਪਰ ਵੀ ਹੋਣਾ, ਨੀਚੇ ਵੀ ਹੋਣਾ, ਹੋਰ ਕਿਆ, ਉਹ ਪਿੱਛੇ ਵੀ ਹੋਣਾ, ਨਿਕਲ ਪਰ ਸਾਰੇ ਬੋਡੀ ਪਈ ਮਾਰ ਦਿਆ ਇਹਦੀ, ਬੋਡੀ ਪਰ ਤਾਂ ਰੰਗ ਉੱਤਰ ਜਾਣਾ ਮਹਾਰਾਜ ਜੀ। ਹੈਂ, ਨਿਕਲ ਵਾਸਤੇ ਹੁੰਦਾ ਗੱਲਾ ਉਹ ਬਾਬੇ, ਨਿਕਲ ਵਾਸਤੇ ਹੁੰਦਾ ਉਹ। ਥੋੜੇ ਸਿਨੇਮੈਟਿਕ ਸ਼ਾਟ ਲੈ ਲਈਏ, ਗੱਡੀ ਖੜੀ ਕਰਦੀ ਆਪਣੀ, ਵਿੱਚ ਕੌਣ ਬੈਠਾ, ਆ ਇੱਥੇ ਕਾ ਕਰਦੀ ਗੱਡੀ ਖੜੀ, ਕੋਲੇ ਇਹਨੂੰ ਨਹੀਂ ਕਰਨੀ। ਆਪਾਂ ਦੇਖਦੇ ਹਾਂ ਜਾਂਦੇ ਕਿੱਥੇ ਆ ਇਹ, ਆਪਾਂ ਦੇਖਦੇ ਹਾਂ ਜਾਂਦੇ ਕਿੱਥੇ, ਲੁਕੇ ਜਾ ਖੜਾ ਇੱਥੇ ਹੀ ਲੁਕੇ ਜਾ। ਮੁੰਡਾ ਕਹਿੰਦਾ ਇੱਥੇ ਨਾ ਫਰੈਂਚ ਫਰਾਈ ਬਹੁਤ ਫੇਮਸ ਹੈ, ਮੈਂ ਕਿਹਾ ਖਾਣੇ ਨਹੀਂ ਹੈਗੇ, ਖਾਣੇ ਨਹੀਂ ਹੈਗੇ, ਫਰੈਂਚ ਫਰਾਈਜ਼ ਨਹੀਂ ਖਾਣੇ ਹੈਗੇ ਬਾਈ। ਤੁਹਾਨੂੰ ਪਤਾ ਇਹ 3-4 ਦਿਨਾਂ 'ਤੇ ਹੁਣ ਰੈਗੂਲਰ ਕੰਮ ਚੱਲ ਰਿਹਾ, ਇਹ ਪ੍ਰੋਗਰਾਮ ਮਿਕਸ ਹੋ ਜਾਣਾ ਨਹੀਂ। ਬਾਕੀ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਹੈ, ਕਿਹੜੀ ਜਗ੍ਹਾ, ਠੀਕ ਹੈ। ਇੱਕ ਤਾਂ ਨਾ ਇਹਦਾ ਮੀਟਰ ਨਹੀਂ ਕੰਮ ਕਰਦਾ ਹੈਗਾ, ਮਤਲਬ ਪਤਾ ਨਹੀਂ ਲੱਗਦੀ ਹੈਗੀ ਵੀ ਸਪੀਡ ਕਿੰਨੀ ਕੁ ਹੈ, ਉਹ ਨਵਾਂ ਸਬਮਿਟ ਕਰਿਆ ਤਾਂ ਕਰਦੇ ਨੇ, ਉਲਟ ਕੀ
ਕਿਨੇ ਕਹਿਣਾ ਫਿਰ ਜੇ ਸਪੀਡ ਇਹ ਦੇਖੀ ਕਹਿੰਦਾ ਸਪੀਡੋਮੀਟਰ ਵੀ ਬਾਈ ਤਾਰ ਜੀ ਖਰਾਬ ਹੋਈ ਵੀ ਹੈ ਕਿਦਣ ਧੋਇਆ ਤਾਂ ਮੈਂ ਸਾਲਾ ਉਹ ਤੇ ਬਾਅਦ ਤਾਰ ਜੀ ਸੈੱਟ ਹੀ ਨਹੀਂ ਆਈ ਹੈਗੀ ਕਹਿੰਦਾ ਰੇਸ ਘਟਾ ਮਾ ਯਾਰ ਵਲੌਗ ਦੇ ਚੱਕਰਾਂ 'ਚ ਰੇਸ ਵਧਾਈ ਵੀ ਹੈ ਮੈਂ ਉਹ ਸਿਆਪਾ ਹੋਰ ਵੱਧ ਗਈ ਓਏ ਘੱਟ ਕਰਦਾ ਹੁਣ ਘੱਟ ਆ ਰੇਸ ਸਾਡੇ ਪਿੰਡ ਦਾ ਏਅਰਪੋਰਟ ਹੁਣ ਇੱਧਰ ਨੂੰ ਘੁਮਾਈਏ ਫਿਰ ਇਹਦੀਆਂ ਗੁੱਡੀਆਂ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਅਸੀਂ ਰਹਿੰਦੇ ਹਾਂ ਤੇ ਬਾਈ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਬਾਕੀ ਮਿਲਦੇ ਹਾਂ ਜੀ ਕਿਸੇ ਅਗਲੇ ਘੈਂਟ ਜਿਹੇ ਵਲੌਗ ਵਿੱਚ ਟਿਲ ਦੈਨ ਬਾਏ।